ਕਿਆ ਜਾ ਭੈਣਾ ਲੈ ਜਾ ਇਹਨੂੰ ਨੋ ਆਪਣੀ ਨੂੰ ਐਵੇਂ ਕਪੱਤ ਨੂੰ ਵਧਾਉਣ ਡਈ ਆ ਮੇਰੀ ਨੋ ਨੇ ਨਹੀਂ ਕਦੀ ਕਦੀਆਂ ਚੁਗਲੀਆਂ ਕੀਤੀਆਂ ਤੇਰੀ ਨੋ ਤੇ ਬਹੁਤ ਭਲੀ ਮਾਨਸ ਆ ਨਾ ਇਹੋ ਹੀ ਆ ਜਿਹੜੀ ਚੁਗਲੀਆਂ ਕਰਦੀ ਆ ਤੇ ਉਹ ਭਲੀ ਮਾਨਸ ਹੀ ਆ ਆਹੋ ਕਹੇ ਗਿਓਟ ਵੀ ਬੜਾ ਹੀ ਇਹਨਾਂ ਦਾ ਚੰਗਾ ਆ ਜੀ ਤੁਸੀਂ ਆ ਗਏ ਜੀ ਲੰਨ ਤਾਂ ਤੁਸੀਂ ਆਪਸ ਵਿੱਚ ਦਿੱਤੀਆਂ ਜੇ ਮੇਰਾ ਨਾਂ ਵਿੱਚ ਕਾਤੋਂ ਲੈਣੀਆਂ ਜੀ ਦੀਦੀ ਇਹਨੂੰ ਪੁੱਛੋ ਪੁੱਛੋ कोली भर के दो रज के खाई कोई गल नहीं मैं दिन लिया हूं हां जी हां जी लिया दो चल सेब खा ला फिर कोई नहीं बेटी खाधी खाधी सब्जी लैन आई ही ਕਹਿਣ ਦੀ ਸੀ ਕਿ ਸਾਗ ਖਾਣ ਨੂੰ ਜੀ ਨਹੀਂ ਕਰਨ ਡਿਆ ਤੇ ਮੈਨੂੰ ਇਹ ਭੜਥਾ ਦੋ ਹੁਣ ਤੇ ਤੁਹਾਡੇ ਚ ਨੌ ਨਹੀਂ ਖੋਬਦਾ ਤੇ ਤੁਹਾਡੇ ਮੂੰਹ ਵਟਿਆਂ ਦਾ ਵੀ ਨਹੀਂ ਪਤਾ ਲੱਗਦਾ ਕੋਈ ਨਹੀਂ ਮੰਮੀ ਜੀ ਨਿੱਕੀਆਂ ਮੋਟੀਆਂ ਗੱਲਾਂ ਤੇ ਹੋ ਹੀ ਜਾਂਦੀਆਂ ਆ ਨਾਲੇ ਚੰਗੀ ਆ ਜਾਂਦੀਆਂ ਘੜੀ ਗੱਲਾਂ ਬਾਤਾਂ ਕਰ ਲੈਂਦੀਆਂ ਆ ਹਿਸਾਬ ਦਾ ਰਹੀਦਾ ਧੀਏ ਬਹੁਤਾ ਵੀ ਕਹਿੰਦੇ ਹੁੰਦੇ ਨਹੀਂ ਸਿਰ ਤੇ ਚੜੀਦਾ ਹੋਈਦਾ ਇੱਕ ਦੂਜੇ ਦੇ ਤੇ ਅਸੀਂ ਕਿੰਨਾ ਦੇ ਮੋਢਿਆਂ ਤੇ ਜਾ ਕੇ ਚੜਦੇ ਆ ਬਸ ਉਹ ਆ ਜਾਂਦੀ ਆ ਚੀਜ਼ ਲੈ ਜਾਂਦੀ ਆ ਤੇ ਜਾਂ ਮੈਂ ਲੈ ਆਉਂਦੀ ਆ ਇੰਨਾ ਕੀ ਆ ਹੋਰ ਕੀ ਆ ਜ਼ਿਆਦਾ ਜਦ ਮੂੰਹ ਵਟੋਗੇ ਨਾ ਉਦੋਂ ਮੈਂ ਤੁਹਾਨੂੰ ਦੱਸਾਂਗੀ ਚਲ ਕੋਈ ਗੱਲ ਨਹੀਂ ਆ ਗੱਲਾਂ ਬਾਤਾਂ ਵੀ ਤੇ ਨਾਲ ਹੀ ਰਹਿੰਦੀਆਂ ਹੁੰਦੀਆਂ ਚਲੋ ਕੋਈ ਨਹੀਂ ਜੇ ਗੇਮ ਮੁੱਕ ਗਈ ਆ ਤੇ ਤਿਆਰ ਹੋ ਜਾ ਚੱਲ ਜੀਏ ਬਾਹ ਥੋੜੀ ਚ ਰਹਿ ਗਈ ਆ ਹੁਣ ਨਾ ਤਿਆਰ ਥੋੜੀ ਥੋੜੀ ਕਰਕੇ ਮੈਂ ਤਿਆਰ ਹੋ ਕੇ ਬੈਠੀ ਆ ਵਿੱਕੀ ਤੂੰ ਨਾ ਤਿਆਰ ਹੋ ਅੱਜ ਤੂੰ ਨਹੀਂ ਜਾਣਾ ਮੈਨੂੰ ਤੇ ਇਹਨੂੰ ਜਾਣ ਦੇ ਨਾਲੇ ਮਾਸੀ ਇਹਦੀ ਯਾਦ ਬੜਾ ਕਰਦੀ ਆ ਕਹਿੰਦੀ ਤੁਸੀਂ ਲਾਗੋਂ ਦੀ ਲੰਘ ਜਾਂਦੇ ਮੇਰੇ ਕੋ ਨਹੀਂ ਆਉਂਦੇ ਤੇ ਨਾਲੇ ਅਸੀਂ ਦੋਵੇਂ ਜਾਣੀਆਂ ਤੇਰੀ ਮਾਸੀ ਕੋ ਕੇ ਆ ਜੰਨੇ ਆ ਚੱਲ ਏ ਸਾਰਿਆਂ ਨੇ ਵਧੀਆ ਗੱਲ ਆ ਤੁਸੀਂ ਚੱਲ ਜਾਓ ਹਾਂ ਅਸੀਂ ਦੋਵੇਂ ਚੱਲ ਜਾਨੀਆਂ ਮੰਮੀ ਮੈਂ ਨਹੀਂ ਮਾਸੀ ਕੋ ਜਾਣਾ ਵੀ ਕਿਉਂ ਹੀ ਕਿਉਂ ਨਹੀਂ ਜਾਣਾ ਇੱਕ ਮਿੰਟ ਮੈਂ ਦੱਸਦੀ ਆ ਪਤਾ ਨਹੀਂ ਇਹਨੇ ਕੀ ਦੱਸਣਾ ਹੀ ਹੁਣ ਆ ਵੇਖੋ ਆ ਮੇਰਾ ਕੋਈ ਪਰਸ ਹੈ ਚੱਜ ਦਾ ਵਾ ਜਾਂ ਮੈਨੂੰ ਨਵਾਂ ਪਰਸ ਲਿਆ ਕੇ ਦਿਓ ਫਿਰ ਮੈਂ ਚੱਲ ਜੂੰਗੀ ਮੇਰੀ ਗੱਲ ਸੁਣ ਇਦਾਂ ਕਰ ਹਾਂ ਸੰਦੀਪ ਦਾ ਲੈ ਆਇਆ ਘੜੀ ਦੀ ਘੜੀ ਪੁੱਤ ਕੀ ਕਰਨਾ ਪਰਸ ਐਵੇਂ ਪੈਸੇ ਖਰਚਾਂਗੇ ਪਰਸ ਤੇ ਨਾਲੇ ਤੇ ਉਹਦਾ ਤੇ ਸੰਦੀਪ ਦਾ ਤੇ ਚੱਲਦਾ ਹੀ ਆ ਇਹ ਕੰਮ ਇੱਕ ਦੂਜੀ ਦੀ ਚੀਜ਼ ਤੋਂ ਹੀ ਵਰਤ ਲੈਂਦੀਆਂ ਜੇ ਆਹੋ ਜਾਣਾ ਤੇ ਘੜੀ ਦੀ ਘੜੀ ਹੁਣ ਘੜੀ ਜਾਣ ਵਾਸਤੇ 1500 ਰੁਪਇਆ ਖਰਚਣਾ ਜੇ ਇਦਾਂ ਕਰਨੀ ਫਿਰ ਮੈਂ ਪਰਸ ਲੈ ਹੀ ਆਉਂਦੀ ਹਾਂ ਨਾ ਜਾ ਤੂੰ ਲੈ ਆਇਆ ਚੰਗਾ ਚੰਗਾ ਤੇ ਨਾਲੇ ਮੇਰੀ ਗੱਲ ਸੁਣ ਰੋਟੀ ਲਾਈ ਮੇਰੀ ਪੁੱਤ ਰੋਟੀ ਤੇ ਮੈਂ ਸਵੇਰ ਦੀ ਲਾਈ ਆ ਤੇ ਤੂੰ ਖਾ ਲਈ ਚੰਗਾ ਚੱਲ ਉਹ ਤੇ ਮੈਂ ਖਾ ਲੈਣਾ ਤੇ ਸ਼ਾਮਾਂ ਨੂੰ ਟਾਈਮ ਨਾਲ ਆ ਜਿਓ ਪੁੱਤ ਅਸੀਂ ਸ਼ਾਮਾਂ ਨੂੰ ਟਾਈਮ ਨਾਲ ਹੀ ਆ ਜਾਾਂਗੇ ਜੇ 22 ਚਾਂਸ ਲੇਟ ਪਲੇਟ ਅਸੀਂ ਹੋ ਗਏ ਨਾ ਤੇ ਫਿਰ ਅਸੀਂ ਉਧਰ ਫੋਨ ਕਰ ਦਾਂਗੇ ਤੇ ਤੂੰ ਰੋਟੀ ਖਾ ਲਈ ਜਾ ਕੇ ਉਹਨਾਂ ਘਰੇ ਜਾ ਕੇ ਖਾ ਲਿਓ ਨਾ ਉਹ ਮੈਂ ਨਹੀਂ ਉਧਰ ਜਾ ਕੇ ਖਾਣੀ ਮੇਰਾ ਨਹੀਂ ਜੀ ਕਰਦਾ ਜਦਾਂ ਉਧਰ ਜਾ ਕੇ ਰੋਟੀ ਖਾਣ ਨੂੰ ਉਹ ਬਥੇਰਾ ਹੁਣ ਮਿਲ ਗਿਆ ਲਾ ਸਾਡਾ ਬਥੇਰਾ ਪਿਆਰ ਵਾ ਮੈਂ ਲੈ ਆਵਾਂ ਨਾਲੇ ਪਰਸ ਤੇ ਨਾਲੇ ਮੈਂ ਰੋਟੀ ਵੱਲੋਂ ਕਹਿ ਦਾਂਗੀ ਚੱਲ ਜਾ ਤੇ ਮੈਂ ਤਿਆਰ ਹੋ ਜਾ ਚੰਗਾ ਦੀਦੀ ਘਰੇ ਹੀ ਹੋ ਹਾਂ ਹਾਂ ਆ ਜਾ ਘਰੇ ਹੀ ਆ ਲੈ ਤੁਸੀਂ ਤੇ ਖਲਾ ਰਹੇ ਬੜਾ ਪਾਇਆ ਵਾ ਬਸ ਆ ਸਮਾਨ ਜਿਹਾ ਸੈੱਟ ਕਰਨ ਵਾਲਾ ਹੋਇਆ ਸੀ ਦੀਦੀ ਮੇਰੇ ਕੋਲ ਨਾ ਟਾਈਮ ਨਹੀਂ ਹੈਗਾ ਵੀ ਤੇ ਮੈਂ ਜਾਣਾ ਸੀ ਵਾਂਡੇ ਤੇ ਮੇਰੇ ਕੋਲ ਪਰਸ ਨਹੀਂ ਚੱਜਦਾ ਤੇ ਮੈਨੂੰ ਆਪਣਾ ਪਰਸ ਦੇ ਦੋਗੇ ਉਹ ਮੇਰੇ ਕੋਲ ਟਾਈਮ ਨਹੀਂ ਹੈਗਾ ਨਹੀਂ ਤੇ ਮੈਂ ਖਰੀਦ ਹੀ ਲੈਣਾ ਸੀ
ਤੇ ਘੜੀ ਦੀ ਘੜੀ ਚਾਹੀਦਾ ਪਰਸ ਤੇ ਫਿਰ ਕੀ ਆ ਘੜੀ ਦੀ ਘੜੀ ਕਾਹਤੋਂ ਖਾਣਾ ਦੱਸ ਤੂੰ ਜਿੰਨਾ ਚਿਰ ਮਰਜ਼ੀ ਰੱਖ ਮੈਂ ਲੈ ਕੇ ਆਉਣੀ ਹੁਣੇ ਹਾਂਜੀ ਹਾਂਜੀ ਲੈ ਫੜ ਜਿਹੜਾ ਖੜਨਾ ਲੈ ਜਾ ਇੰਨੇ ਮੈਂ ਕੀ ਕਰਨੇ ਸੀ ਕੋਈ ਦੇ ਦੋ ਜਿਹੜਾ ਤੈਨੂੰ ਪਸੰਦ ਵਾ ਲੈ ਜਾ ਹੁਣ ਤੂੰ ਆਂਡੇ ਚੱਲੀ ਆ ਫਿਰ ਮੈਂ ਤੇ ਤਾਂ ਲੈ ਕੇ ਆਈ ਚੱਲ ਮੇਰੇ ਕੋਲ ਤੇ ਵਾਧੂ ਕਿੰਨੇ ਹੀ ਪਏ ਆ ਚਲੋ ਫਿਰ ਮੈਂ ਆ ਲੈ ਜਾਂਦੀ ਹਾਂ ਹੈਂ ਤੇ ਕੋਈ ਨਹੀਂ ਮੈਂ ਦੇ ਜਾਂਗੀ ਕੋਈ ਨਹੀਂ ਭਾਵੇਂ ਪੱਕਾ ਰੱਖ ਲਈ ਨਹੀਂ ਨਹੀਂ ਪੱਕਾ ਕੀ ਰੱਖਣਾ ਚੱਲ ਮੇਰਾ ਟਾਈਮ ਸਰ ਜੇ ਚੱਲ ਠੀਕ ਆ ਕੋਈ ਨਹੀਂ ਲੈ ਜਾ ਤੇ ਆ ਮੈਨੂੰ ਨੇਲ ਪਿੰਡ ਬੜੀ ਸੋਹਣੀ ਲੱਗੀ ਸੀ ਤੇ ਮੈਂ ਕਿਹਾ ਆ ਲੈ ਜਾਂਦੀ ਹਾਂ ਮੈਂ ਤੇ ਲਾ ਲਾ ਇਹ ਵੀ ਹਾਂਜੀ ਹਾਂਜੀ ਕੋਈ ਨਹੀਂ ਮੈਂ ਘਰੇ ਜਾ ਕੇ ਲਾ ਲੈਂਦੀ ਹਾਂ ਚੱਲ ਠੀਕ ਆ ਬਾਅਦ ਚੋਂ ਦੇ ਦੇ ਪਰਸ ਦੇ ਨਾਲ ਹੀ ਦੇ ਜਾਂਗੀ ਚੰਗਾ ਚੰਗਾ ਆ ਵੀ ਚੰਗਾ ਹੋਇਆ ਮੈਂ ਵੱਡਾ ਪਰਸ ਲੈਣ ਤਾ ਕੱਲ੍ਹ ਨੂੰ ਨਿਆਣੇ ਦੀ ਕੋਈ ਚੀਜ਼ ਆ ਜਾਵੇ ਪਾ ਲਈ ਦੀ ਹੈ ਨਾ ਨਾਲੇ ਮੈਂ ਕਿਹੜਾ ਦੇਣਾ ਹੁਣ ਮੰਮੀ ਜੀ ਹਾਂਜੀ ਸਤਿ ਸ਼੍ਰੀ ਅਕਾਲ ਮੰਮੀ ਜੀ ਸਤਿ ਸ਼੍ਰੀ ਅਕਾਲ ਆ ਗਿਆ ਮੇਰਾ ਪੁੱਤ ਹਾਂਜੀ ਅਤੇ ਮੰਮੀ ਜੀ ਮੈਨੂੰ ਨਾ 2000 ਰੁਪਇਆ ਚਾਹੀਦਾ ਵਾ ਕੀ ਕਰਨਾ 2000 ਰੁਪਇਆ ਸਾਡੇ ਕਾਲਜ ਸਵੇਰੇ ਫੰਕਸ਼ਨ ਵਾ ਅਤੇ ਮੈਂ ਪੈਂਟ ਸ਼ਰਟ ਲੈਣੀ ਮੇਰੇ ਕੋਲ ਹੈਨੀ ਆ ਸਾਰੇ ਪੁਰਾਣੇ ਹੋ ਗਏ ਅਤੇ ਐਡੀ ਛੇਤੀ ਇਹ ਪੈਂਟ ਸ਼ਰਟ ਕਿੱਦਾਂ ਲਈ ਜਾਏਗੀ ਮੈਨੂੰ ਸਵੇਰੇ ਫੰਕਸ਼ਨ ਆ ਮੈਂ ਤਾਂ ਪਾਉਣਾ ਵਾ ਇਸ ਵੇਲੇ ਕਿੱਥੇ ਜਾਏਗਾ ਪੈਂਟ ਸ਼ਰਟ ਖਰੀਦਣ ਹੁਣ ਤਾਂ ਸ਼ਾਮਾਂ ਪੈ ਗਈਆਂ ਨੇ ਜਾਂ ਤਾਂ ਮੈਨੂੰ ਤੂੰ ਕੱਲ੍ਹ ਦਾ ਦੱਸਦਾ ਤਾਂ ਨਾਲ ਹੀ ਤੇਰੇ ਮੈਂ ਚੱਲ ਜਾਂਦੀ ਤਾਂ ਉੱਥੋਂ ਖਰੀਦ ਲੈਂਦੇ ਦੱਸਣਾ ਤਾਂ ਮੰਮੀ ਜੀ ਮੈਂ ਤੁਹਾਨੂੰ ਕੱਲ੍ਹ ਹੀ ਮੈਨੂੰ ਚੇਤਾ ਨਹੀਂ ਰਿਹਾ ਦੱਸਣ ਦਾ ਹੁਣ ਪੁੱਤ ਪੈਸੇ ਵੀ ਮੇਰੇ ਕੋਲ ਥੋੜ੍ਹੇ ਆ ਐਡੀ ਛੇਤੀ ਪੈਸਿਆਂ ਦਾ ਇੰਤਜ਼ਾਮ ਕਿੱਥੋਂ ਹੋਊਗਾ ਚੱਲ ਸੰਦੀਪ ਨੂੰ ਆਵਾਜ਼ ਮਾਰਨੀ ਸੰਦੀਪ ਕੋਲ ਸਿਰਾਂ ਥੋੜ੍ਹੇ ਬਹੁਤੇ ਹੋਣ ਸੰਦੀਪ ਹਾਂਜੀ ਮੰਮੀ ਜੀ ਸੰਦੀਪ ਇਹ ਕਹਿਣ ਡਿਆ ਮੈਂ ਪੈਂਟ ਸ਼ਰਟ ਲੈਣੀ ਆ ਇਸ ਵੇਲੇ ਦੱਸਣ ਡਿਆ ਸਵੇਰੇ ਫੰਕਸ਼ਨ ਆ ਪੈਂਟ ਸ਼ਰਟ ਲੈਣੀ ਆ ਕਾਹਦੇ ਵਾਸਤੇ ਭਾਬੀ ਜੀ ਸਾਡੇ ਨਾ ਕਾਲਜ ਫੰਕਸ਼ਨ ਵਾ ਕੱਲ੍ਹ ਨੂੰ ਹਾਂ ਅਤੇ ਮੇਰੇ ਸਾਰੇ ਕੱਪੜੇ ਪੁਰਾਣੇ ਹੋ ਗਏ ਆ ਅਤੇ ਮੈਨੂੰ ਪੈਂਟ ਸ਼ਰਟ ਦੀ ਲੋੜ ਵਾ ਚੱਲ ਤੂੰ ਇੱਦਾਂ ਕਰ ਤੈਨੂੰ ਨਵੇਂ ਕੱਪੜੇ ਚਾਹੀਦੇ ਆ ਨਾ ਨਵੇਂ ਕੱਪੜੇ ਤੈਨੂੰ ਮੈਂ ਦਵਾ ਦਿੰਦੀ ਹਾਂ ਪਰ ਪੈਸਾ ਵੀ ਨਹੀਂ ਕੋਈ ਖਰਚਿਆ ਜਾਣਾ ਭਾਬੀ ਜੀ ਉਹ ਕਿੱਦਾਂ ਦੱਸਦੀ ਹਾਂ ਤੈਨੂੰ ਮੈਂ ਐਵੇਂ ਪੈਸੇ ਖਰਚੇਗਾ ਘੜੀ ਦੀ ਘੜੀ ਪ੍ਰੋਗਰਾਮ ਆ ਕੋਈ ਵਿਆਹ ਸ਼ਾਦੀ ਹੋਏਗਾ ਤਾਂ ਚੱਲ ਚੰਗੇ ਕੱਪੜੇ ਬਣਾ ਲਈ ਬਾਅਦ ਚੋਂ ਮੈਂ ਨਾ ਤੈਨੂੰ ਵਿੱਕੀ ਦੇ ਲਿਆ ਦਿੰਦੀ ਹਾਂ ਉਹਦੇ ਬੜੇ ਬੜੇ ਸੋਹਣੇ ਸੂਟ ਆ ਬ੍ਰਾਂਡਡ ਕੱਪੜੇ ਪਾਉਂਦਾ ਉਹ ਵੀ ਨਹੀਂ ਚੰਗੇ ਨਹੀਂ ਲੱਗੀਦਾ ਬੁਰੇ ਲੱਗੀਦਾ ਵਾ ਬੁਰੇ ਕਾਹਤੋਂ ਲੱਗੀਦਾ ਮੰਮੀ ਜੀ ਅਗਲੀ ਆ ਕੇ ਮਿੰਟ 'ਚ ਦੀ ਚੀਜ਼ ਲੈ ਕੇ ਗਾਹ ਜਾਂਦੀ ਆ ਉਹ ਆਪਣਾ ਟਾਈਮ ਪਾਸ ਕਰੀ ਜਾਂਦੀ ਆ ਤੇ ਜੇ ਮੈਂ ਵੀ ਜਾ ਕੇ ਫੜ ਲਿਆਵਾਂਗੀ ਸਾਡਾ ਵੀ ਟਾਈਮ ਲੰਘ ਜੂਗਾ ਨਾਲੇ ਆਂਢ ਗਵਾਂਢ ਇਸੇ ਕੰਮ ਲਈ ਤੇ ਹੁੰਦਾ ਮੈਂ ਤੇ ਕਹਿੰਦੀ ਜੇ ਟਾਈਮ ਹੈਗਾ ਤੇ ਚੱਲ ਥੋੜੇ ਜਿਹੇ ਪੈਸੇ ਤੂੰ ਤੇ ਮਿਰਕ ਵੀ ਹੈਗੇ ਕੁਛ ਤੇ ਜਾ ਕੇ ਖਰੀਦ ਲਿਆਓ ਨਹੀਂ ਇਹੋ ਹੀ ਤੇ ਘਰ ਪੈਸੇ ਆ ਇਹ ਵੀ ਖਰਚ ਕੇ ਬਹਿ ਗਏ ਨਹੀਂ ਮੁੜਕੇ ਤੁਹਾਨੂੰ ਪਤਾ ਪੈਸਾ ਲੱਭਦਾ ਵਾ ਅੱਜ ਕੱਲ੍ਹ ਐਵੇਂ ਜਾਣ ਕੇ ਖਰਚਾ ਕਰ ਲੈਣਾ ਆਪਾਂ ਜਦੋਂ ਮੈਂ ਕਹਿਣ ਡੀ ਆ ਕਿ ਇਹਨੂੰ ਮੈਂ ਉਹਦੇ ਲਿਆ ਦਿੰਦੀ ਉਹਦੇ ਕੋਲ ਬੜੇ ਬੜੇ ਸੋਹਣੇ ਕੱਪੜੇ ਆ ਆ ਜਾਣਗੇ ਲੈ ਦਾ ਤੈਨੂੰ ਕੱਪੜੇ ਚਾਹੀਦੇ ਨਵੇਂ ਜਿੱਦਾਂ ਕਰਨੀ ਵੇਖ ਲਓ ਮੈਂ ਤਾਂ ਕਹਿਣ ਡਿਆ ਮੈਨੂੰ ਇੱਕ ਪੈਂਟ ਸ਼ਰਟ ਲੈ ਦਿੰਦੇ ਕੋਈ ਨਹੀਂ ਮੈਂ ਤੈਨੂੰ ਉਹਦੇ ਲਿਆ ਕੇ ਦਿੰਦੀ ਹਾਂ ਤੈਨੂੰ ਆ ਜਾਣੇ ਆ ਇੱਦਾਂ ਕਰ ਨਾਲ ਹੀ ਇਹਨੂੰ ਲੈ ਜਾ ਪਵਾ ਕੇ ਵੇਖ ਲਈ ਜਿਹੜਾ ਇਹਨੂੰ ਚੰਗਾ ਲੱਗੂ ਉਹ ਲੈ ਆਇਓ ਚੱਲ ਠੀਕ ਆ ਚਲੋ ਆ ਜਾ ਵੇਖੀ ਬੜੇ ਬੜੇ ਸੋਹਣੇ ਕੱਪੜੇ ਆ ਭਾਬੀ ਜੀ ਹਾਂ ਮੈਂ ਨਹੀਂ ਜਾਣਾ ਹੈਗਾ ਕਿਉਂ ਮੈਨੂੰ ਸ਼ਰਮ ਆਉਂਦੀ ਹੈ ਕਿਹੜੀ ਸ਼ਰਮ ਆਉਂਦੀ ਤੈਨੂੰ ਕਾਹਤੋਂ ਆਉਂਦੀ ਸ਼ਰਮ ਫਿਰ ਕੀ ਹੋਇਆ ਗਵਾਂਢ ਵਾ ਉਹ ਝੱਟ ਚੀਜ਼ ਲੈ ਜਾਂਦੇ ਆ ਤੁਹਾਨੂੰ ਬਸ ਸ਼ਰਮਾਂ ਹੀ ਮਾਰ ਚੱਲੀਆਂ ਵਾ ਜਾਂ ਆਪਾਂ ਜਾ ਕੇ ਫਿਰ ਮੈਂ ਆਪੇ ਲਿਆ ਦਿੰਦੀ ਹਾਂ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਪ੍ਰੀਤ ਘਰੇ ਹੀ ਆ ਹਾਂਜੀ ਹਾਂਜੀ ਕਿੱਥੇ ਵੜੀ ਆ ਆ ਮੈਂ ਡਈ ਸੀ ਕੱਪੜੇ ਰੱਖਣ ਹਾਂਜੀ ਬਹਿ ਜਾਓ ਬੈਠੀ ਹੈਨੀ ਮਨਪ੍ਰੀਤ ਤੇਰੇ ਵੱਲ ਆਈ ਸੀ ਮੇਰੇ ਵੱਲ ਨਹੀਂ ਨਹੀਂ ਮੇਰੇ ਵੱਲ ਨਹੀਂ ਆਈ ਉਹ ਗਾੜੀ ਗਈ ਹੋਣੀ ਮੇਰੇ ਨਾਲ ਨਹੀਂ ਕੌਣ ਬੋਲਣ ਹੈਗਾ ਉਹਦਾ ਹੈਨੀ ਆ ਨਾ ਨਾ ਮੈਂ ਨਹੀਂ ਕਵਾਉਣੀ ਕਦੀ ਵੀ ਉਹਨੂੰ ਯਾਰ ਕੂਣਾ ਬੋਲਣਾ ਕੀ ਆ ਉਹਦੀ ਤੇ ਆਕੜ ਹੀ ਬੜੀ ਆ ਮੈਂ ਤੇ ਉਹਨੂੰ ਸਤਿ ਸ਼੍ਰੀ ਅਕਾਲ ਬੁਲਾ ਬੈਠੀ ਬੜੀ ਮਜਾਜ ਦੇ ਨਾਲ ਜਵਾਬ ਦਿੱਤਾ ਫੋਨ ਵਿਖਾਲਦੀ ਐਡਾ ਹਾਰਾ ਫੜਿਆ ਚਾਰਾ ਕੈਮਰਿਆਂ ਵਾਲਾ ਤੇ ਫੋਨ ਤੇ ਉਹਨੇ ਆਪੇ ਵਿਖਾ ਲੈਣਾ ਉਹਦੇ ਘਰ ਵਾਲਾ ਜੇ ਬਾਹਰ ਗਿਆ ਵਾ ਹੁਣ ਵਧੀਆ ਮੁਲਕ ਦੇ ਵਿੱਚ ਤੇ ਗਿਆ ਵਾ ਤੇ ਇਹਦੇ ਵਿੱਚ ਉਹਨੂੰ ਹੀ ਭਾ ਵਾ ਸਾਨੂੰ ਤੂੰ ਤੁਸੀਂ ਤੇ ਸਤਿ ਸ਼੍ਰੀ ਅਕਾਲ ਬੁਲਾਤੀ ਮੈਂ ਨਹੀਂ ਬੁਲਾਉਂਦੀ ਹੁੰਦੀ ਆਕੜ ਬੜੀ ਕਰਦੀ ਆ ਚੱਲ ਆਂਢ ਗੁਆਂਢ ਆ ਵੱਡਿਆਂ ਨੂੰ ਬੁਲਾਉਣ ਦਾ ਫਰਜ਼ ਤੇ ਬਣਦਾ ਹੀ ਆ ਤੇ ਮੈਂ ਤੇ ਆਖਿਆ ਚੱਲ ਕੋਈ ਨਹੀਂ ਆਇਆ ਜਾਇਆ ਕਰੇ ਇਹ ਵੀ ਕਿਤੇ ਇੰਨੀ ਚਲਾਕ ਵਾ ਨਾ ਕਿਤੇ ਇਹਦੇ ਘਰ ਕੋਈ ਚੀਜ਼ ਲੈਣ ਚੱਲ ਜਾ ਉਸੇ ਇਹਨੇ ਪਹਿਨੇ ਨਾ ਕਰ ਦੇਣੀ ਹੁੰਦੀ ਹੁਣ ਵੇਖ ਲਓ ਤੁਸੀਂ ਆਉਂਦੇ ਆ ਮੈਂ ਤੁਹਾਡੇ ਵੱਲ ਜਾਂਦੀ ਹਾਂ
ਕਦੀ ਆਪਾਂ ਇੱਕ ਦੂਜੇ ਨੂੰ ਮਨਾ ਕੀਤਾ ਕਿੰਨੇ ਪਿਆਰ ਦੇ ਨਾਲ ਆਪਾਂ ਇੱਕ ਦੂਜੇ ਨੂੰ ਚੀਜ਼ ਦੇ ਦਿੱਤੀ ਇੰਨੇ ਤੇ ਉਸੇ ਵੇਲੇ ਕਈ ਵਾਰੀ ਤੇ ਦਰਵਾਜ਼ੇ ਬੰਦ ਕਰ ਲੈਂਦੀ ਆ ਵੇਖ ਕੇ ਆਹੋ ਇਹ ਗੱਲੋਂ ਹੈ ਬੜੀ ਖੁੱਟੜੀ ਜੀ ਆ ਖੁਸ਼ ਕੋਈ ਚੀਜ਼ ਮੰਗ ਲਈਏ ਨਾ ਤੇ ਮੀਣੀ ਜੀ ਨੇ ਨਾ ਵੀ ਨਹੀਂ ਕਰਨੀ ਹੁੰਦੀ ਤੇ ਕਹਿ ਵੀ ਦੇਣਾ ਹੁੰਦਾ ਵਾ ਕੋਈ ਨਹੀਂ ਕੋਈ ਨਹੀਂ ਦੱਸਾਂ ਕੀ ਕਰਦੀ ਆ ਮੂੰਹ ਦੇ ਅੱਗੇ ਹੱਸਦੀ ਰਹੂਗੀ ਤੇ ਉਦਾਂ ਇੰਨਾ ਇੰਨੀ ਕੌੜੀ ਆ ਨਾ ਕਿਤੇ ਕੋਈ ਕਹਿਣ ਦੀ ਗੱਲ ਹੀ ਨਹੀਂ ਆ ਪਤਾ ਕੀ ਕਰਦੀ ਆ ਅਗਲੇ ਨੂੰ ਜਵਾਬ ਵੀ ਨਹੀਂ ਦਿੰਦੀ ਅਗਲੇ ਕੋਲ ਚੰਗੀ ਵੀ ਬਣ ਕੇ ਰਹਿੰਦੀ ਆ ਤੇ ਅਗਲੇ ਨੂੰ ਮੁੜ ਕੇ ਟਰਕਾ ਵੀ ਦਿੰਦੀ ਆ ਕੋਈ ਨਾ ਕੋਈ ਆਨਾ ਬਹਾਨਾ ਲਾ ਕੇ ਬਸ ਮੈਂ ਤੇ ਦਾ ਇਹ ਹਿਸਾਬ ਲਾਇਆ ਮੈਂ ਤੇ ਨਹੀਂ ਦਿਲ ਜਾਣੀ ਹੁੰਨੀ ਕੋਈ ਚੀਜ਼ ਲੈਣ ਮੈਂ ਇੱਕ ਦੋ ਵਾਰੀ ਗਈ ਆ ਨਾ ਮੈਂ ਤੇ ਹੁਣ ਕਵਾਉਣਾ ਹੀ ਛੱਡ ਦਿੱਤਾ ਵਾ ਮੈਂ ਤੇ ਨਹੀਂ ਕਦੀ ਗਈ ਚਲੋ ਚਲੋ ਕੋਈ ਗੱਲ ਨਹੀਂ ਹੋਰ ਦੱਸੋ ਕਿੱਧਰ ਰੋਣੇ ਹੋਏ ਸੱਚ ਮੈਂ ਤੇ ਆਈ ਸੀ ਬਬਲੂ ਦੇ ਨਾ ਫੰਕਸ਼ਨ ਆ ਗਿਆ ਸਕੂਲੇ ਅੱਛਾ ਉਹਨੂੰ ਚਾਹੀਦੇ ਕੱਪੜੇ ਤੇ ਹੁਣ ਤੇ ਟਾਈਮ ਹੀ ਨਹੀਂ ਹੈਗਾ ਹਨੇਰਾ ਹੋ ਗਿਆ ਉਹਨੇ ਸ਼ਦਾਈ ਨੇ ਪਹਿਲਾਂ ਦੱਸਿਆ ਹੀ ਨਹੀਂ ਸਾਨੂੰ ਤੇ ਮੈਂ ਚੱਲ ਹੁਣ ਮੈਂ ਵਿੱਕੀ ਦੇ ਲੈ ਕੇ ਆਉਂਦੀ ਹਾਂ ਤੇ ਉਹ ਪਾ ਜੀ ਸਵੇਰੇ ਵਿੱਕੀ ਦੇ ਕੋਈ ਨਹੀਂ ਡਰ ਨਹੀਂ ਜਿਹੜਾ ਕੋਈ ਚੰਗਾ ਸੂਟ ਹੈਗਾ ਨਾ ਵਿੱਕੀ ਦਾ ਉਹ ਦੇ ਮੈਨੂੰ ਕੋਈ ਨਹੀਂ ਅਜੇ ਉਹ ਮੈਂ ਹੁਣ ਇਹ ਰੱਖਣ ਦੀ ਸੀ ਹਾਂ ਵੇ ਕਿੰਨਾ ਸੋਹਣਾ ਸੂਟ ਆ ਸੂਟ ਵੀ ਸੋਹਣਾ ਵਾ ਤੇ ਮੈਂ ਨਾ ਉਹ ਵਾ ਨਵਾਂ ਸੂਟ ਜੇ ਤੇ ਬੈਲਟ ਵਿੱਚ ਹੀ ਆ ਤੇ ਬੈਲਟ ਨਾ ਖਰਾਬ ਹੋ ਜੇ ਬੈਲਟ ਬਹੁਤ ਮਹਿੰਗੀ ਆ ਨਹੀਂ ਨਹੀਂ ਇਦਾਂ ਹੀ ਦੇ ਦੇ ਕੁਛ ਨਹੀਂ ਕਰਦਾ ਉਹਨੇ ਵਿਚਾਰੇ ਨੇ ਕਿਹੜਾ ਉੱਥੇ ਵੀ ਚੁੰਡੀਆਂ ਵੱਢਣੀਆਂ ਬਸ ਬੈਲਟ ਦਾ ਧਿਆਨ ਰੱਖਿਓ ਚੰਗਾ ਚੰਗਾ ਸੂਟ ਬੜਾ ਸੋਹਣਾ ਹੀ ਆ ਨਾਲੇ ਮੈਂ ਹੈ ਦਿਨ ਹੋ ਗਿਆ ਨਿੱਕੇ ਹਾਂਜੀ ਹੁਣ ਜਾਵਾਂਗੇ ਅੱਧੀ ਰਾਤ ਆਵਾਂਗੇ ਤੇ ਸਵੇਰੇ ਤੂੰ ਮੈਂ ਤਿਆਰੀ ਵੀ ਕਰਨੀ ਆ ਆਪਣੀ ਪੂਰੀ ਆਹੋ ਇਹ ਤਾਂ ਗੱਲ ਆ ਹੁਣ ਪਾ ਕੇ ਵੇਖ ਲੈਂਦਾ ਵਾ ਨਾ ਠੀਕ ਹੈ ਠੀਕ ਹੈ ਆਹੋ ਤੇ ਨਾਲੇ ਆਂਡ ਗਵਾਂਡ ਦਾ ਇਹੋ ਹੀ ਤੇ ਫਾਇਦਾ ਵਾ ਮੈਂ ਤੇ ਕਿਹਨੂੰ ਬੜਾ ਸੋਖ ਵੇਲੇ ਵੇਲੇ ਬੰਦਾ ਆਵਾਜ਼ ਮਾਰ ਲੈਂਦਾ ਲੈ ਫੜ ਕੱਪੜੇ ਨਹੀਂ ਹੈਗੇ ਕੱਪੜੇ ਨਹੀਂ ਹੈਗੇ ਸੂਟ ਵੇਖ ਕੱਢ ਕੇ ਕਿੱਡਾ ਸੋਹਣਾ ਲੈ ਕੇ ਆਈ ਆ ਪਾ ਕੇ ਵੇਖ ਲਾ ਆਉਂਦਾ ਆ ਨਾ ਥੈਂਕ ਯੂ ਭਾਬੀ ਜੀ ਪਾ ਕੇ ਵੇਖ ਲਾ ਕੋਈ ਨਹੀਂ ਥੈਂਕ ਯੂ ਯਾ ਚਲੋ ਮੈਂ ਪਾ ਕੇ ਵੇਖਦਾ ਭਾਬੀ ਦੇ ਹੁੰਦੇ ਤੂੰ ਪੁਰਾਣੇ ਕੱਪੜੇ ਪਾ ਜਾਏਗਾ ਭਲਾ ਵੇਖ ਲਾ ਬਣਾ ਕੇ ਰੱਖੀ ਹੋਵੇ ਤੇ ਕਿੰਨਾ ਫਾਇਦਾ ਹੁੰਦਾ ਈ ਝੱਟ ਚੀਜ਼ ਲਿਆਈਦੀ ਆ ਐਵੇਂ ਪੈਸੇ ਖਰਚਦੇ ਰਹਿਣਾ ਸੀ ਨਾਲੇ ਭੱਜੇ ਜਾਣਾ ਸੀ ਟਾਈਮ ਗਵਾਚਣਾ ਸੀ ਆਪਣਾ ਭਾਬੀ ਜੀ ਆਹ ਤੇ ਬਿਲਕੁਲ ਪੂਰੀ ਫਿਟਿੰਗ 'ਚ ਆਇਆ ਵਾ ਜਿੱਦਾਂ ਨਾ ਮੇਰਾ ਹੀ ਹੁੰਦਾ ਵਾ ਤੇ ਜੇ ਤੂੰ ਪਾਇਆ ਨਾ ਤੇ ਤੇਰਾ ਹੀ ਆ ਪਤਾ ਥੋੜ੍ਹੀ ਲੱਗਣ ਡਿਆ ਵਾ ਕਿ ਮੰਗ ਕੇ ਪਾਇਆ ਹੁਣ ਤੂੰ ਮਜ਼ੇ ਨਾਲ ਸਵੇਰੇ ਟੌਰ ਮਾਰ ਕੇ ਪਾਰਟੀ ਵੇਖੀ ਐਵੇਂ ਭੱਜੇ ਜਾਣਾ ਸੀ ਨਾਲੇ ਟਾਈਮ ਖਰਾਬ ਕਰਨਾ ਸੀ ਨਾਲੇ ਪੈਸੇ ਖਰਚਣੇ ਸੀ ਹੁਣ ਤੈਨੂੰ ਕੱਪੜੇ ਨਵੇਂ ਚਾਹੀਦੇ ਸੀ ਤੇ ਵੇਖ ਨਾਲ ਇਹਦੇ ਨਾਲ ਦਾ ਸੂਟ ਥੋੜ੍ਹੀ ਤੈਨੂੰ ਮਿਲ ਜਾਣਾ ਸੀ ਸੋਹਣਾ ਵਾ ਨਾ ਹਾਂਜੀ ਹਾਂਜੀ ਚੱਲ ਠੀਕ ਆ ਹੁਣ ਲਾ ਕੇ ਰੱਖ ਲਾ ਤੇ ਕੱਲ੍ਹ ਨੂੰ ਪਾ ਕੇ ਜਾਈ ਫਿਰ ਕੀ ਲੈ ਆਏ ਆ ਵੇਖ ਲਾ ਅੱਛਾ ਬਨਾਨਾ ਲੈਂਦੀਆਂ ਵਾ ਹਾਂ ਆ ਤੇ 85 ਨੰਬਰ ਲੈ ਆਏ ਆ ਕਵਲ ਆ ਕੀ ਕੀਤਾ ਜੇ ਕੀ ਕੀਤਾ ਸੌ ਸੌ ਨੰਬਰ ਦੇ ਲਿਆਉਣੇ ਸੀ ਤੁਸੀਂ ਆ ਵੀ ਤੁਸੀਂ ਛੋਟੇ ਲਿਆਂਦੇ 85 ਤੇ ਆ ਵੀ 85 ਤੁਹਾਨੂੰ ਆਪਣੇ ਸਾਈਜ਼ ਦਾ ਵੀ ਨਹੀਂ ਪਤਾ ਹੈਗਾ ਤੇ ਚੰਗੇ ਭਲੇ ਦੇ ਹੈਗੇ ਆ ਤੇ ਜਾਣੇ ਆ ਮੈਨੂੰ ਛੋਟੇ ਜੇ ਆ ਵੀ ਨੰਬਰ ਛੋਟਾ ਲਿਆਂਦਾ ਬਨਾਨਾ ਦਾ ਵੀ ਉਹ ਚੰਗਾ ਭਲਾ ਤੇ ਮੇਰੇ ਸਾਈਜ਼ ਦਾ ਵਾ ਆ ਜਾਣਾ ਮੈਨੂੰ ਇਹ ਤੁਸੀਂ ਉੱਥੇ ਨਹੀਂ ਪਾ ਕੇ ਵੇਖ ਕੇ ਆਏ ਹੈ ਦਿਮਾਗ ਖਰਾਬ ਇਹਦਾ ਕਿਉਂ ਦੱਸ ਮੈਂ ਦੁਕਾਨੇ ਕੱਛਾ ਪਾ ਕੇ ਵੇਖਣਾ ਹੈ ਤੇ ਜਸ ਟਰਾਈ ਕੀਤਾ ਹੀ ਜਾਂਦਾ ਆ ਜਦੋਂ ਸਾਈ ਦਾ ਫੇਰ ਹੀ ਪਤਾ ਲੱਗਦਾ ਆ ਕਿ ਸਾਨੂੰ ਆ ਸਹੀ ਆ ਕਿ ਨਹੀਂ ਸਹੀ ਉਹ ਬਸ ਕਰ ਬਾਬਾ ਹੁਣ ਦੁਕਾਨੇ ਮੈਂ ਕੱਛੇ ਬਦਲ ਬਦਲ ਕੇ ਵੇਖਾਂ ਕੋਈ ਗੱਲ ਨਹੀਂ ਕਰਦੇ ਆ ਜਾਣੇ ਆ ਮੈਨੂੰ ਪਹਿਲੀ ਤੇ ਗੱਲ ਤੁਸੀਂ ਕਦੀ ਲਿਆਂਦੇ ਨਹੀਂ ਜੇ ਪਹਿਲੀ ਵਾਰੀ ਲੈ ਹੀ ਜਾਂਦੇ ਆ ਤੇ ਛੋਟੇ ਲੈਂਦੇ ਆ ਮੈਨੂੰ ਪਤਾ ਵਾ ਨਾ ਕਿ ਤੁਹਾਨੂੰ 100 ਨੰਬਰ ਹੁੰਦਾ ਵਾ ਇਦਾਂ ਕਰੋ ਹੱਲੇ ਕੁਝ ਨਹੀਂ ਵਿਗੜਿਆ ਚੁੱਕੋ ਤੇ ਵਾਪਸ ਕਰਕੇ ਆਓ ਤੇ ਨੰਬਰ ਵੱਡਾ ਲੈ ਕੇ ਆਓ ਚੱਲ ਗਾ ਬੜਾ ਪੈਂਟ ਕੋਟ ਲੈ ਕੇ ਆਇਆ ਨਾ ਜਿਹੜਾ ਮੈਂ ਬਦਲ ਕੇ ਲਿਆਵਾਂ ਕੱਛੇ ਲਿਆਂਦੇ ਆ ਮੈਨੂੰ ਨਹੀਂ ਪਤਾ ਮੈਂ ਨਹੀਂ ਬਦਲਨੇ ਪਾ ਲਾਂਗਾ ਮੈਂ ਇੱਦਾਂ ਸਾਫ ਸੂ ਕੇ ਨਹੀਂ ਤੁਸੀਂ ਪੌਣੇ ਖਰਾਬ ਹੀ ਕਰਨੇ ਆ ਮੈਂ ਤੈਨੂੰ ਕਹਿ ਦਿੱਤਾ ਨਾ ਮੈਂ ਨਹੀਂ ਜਾਣਾ ਬਦਲਾਉਣ ਵਾਸਤੇ ਮੈਨੂੰ ਨਹੀਂ ਚੰਗਾ ਲੱਗਦਾ ਮੈਂ ਨਹੀਂ ਬਦਲਾਉਣੇ ਤੇ ਫਿਰ ਇਹਨਾਂ ਨੂੰ ਰੱਖ ਕੇ ਕੀ ਕਰਨਾ ਜੇ ਜੋ ਮਰਜ਼ੀ ਕਰ ਪਾ ਲਾਂਗਾ ਮੈਂ ਛੋੜ ਦੇਣੇ ਮੈਂ ਬਾਹਰ ਚੁੱਕ ਕੇ ਲੈਂਦੇ ਆ